ਅਤੇ ਇਹਨਾਂ ਦੀ ਸਾਫ਼ ਸਫਾਈ ਉਸੇ ਵੇਲੇ ਹੋ ਜਾਵੇ ਤਾਂ ਚੰਗੀ ਗੱਲ ਆ। ਇਹ ਟੈਗ ਲਾਉਣ ਦੇ ਫਾਇਦੇ ਵੀ ਤੁਹਾਨੂੰ ਦੱਸਦੇ ਹਾਂ। ਆ ਲਾਈਏ ਟੈਗ ਤੁਹਾਡੇ, ਪਾਰਟੀ ਜਦੋਂ ਮਰਜ਼ੀ ਦੇ ਦਿਓ, ਹੁਣ ਦੇ ਦੇ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਸਾਰਿਆਂ ਦੇ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ। ਆਪਾਂ ਆ ਚੁੱਕੇ ਸੀ ਫਾਰਮ ਦੇ ਵਿੱਚ, ਸੁਬਾਹ ਦੀ ਹੋ ਚੁੱਕੀ ਹੈ ਸ਼ੁਰੂਆਤ ਅਤੇ ਚੱਲਣ ਡਿਆ ਸੀ ਧਾਰਾਂ ਦਾ ਕੰਮ। ਅੱਜ ਫਾਦਰ ਸਾਹਿਬ ਡਏ ਸੀ ਕੱਢਣ, ਵੈਸੇ ਤਾਂ ਮੈਂ ਹੀ ਕੱਢਦਾ ਹੁੰਦਾ ਧਾਰਾਂ, ਅਤੇ ਮੈਂ ਥੋੜ੍ਹੀ ਜਿਹੀ ਤਬੀਅਤ ਠੀਕ ਨਹੀਂ ਸੀ ਮੇਰੀ ਅੱਜ, ਇਸ ਕਰਕੇ ਉਹ ਡਏ ਆ ਅਤੇ ਨਾਲ ਬੰਦੇ ਡਏ ਆ ਚਾਰ ਤਾਂ ਕੰਮ ਕਰਨ। ਮੀਂਹ ਦੇ ਉੱਤੋਂ ਹੈਗੇ ਆ ਆਸਾਰ, ਮੀਂਹ ਦਾ ਪਤਾ ਨਹੀਂ ਕਿਹੜੇ ਵੇਲੇ ਆ ਜੇ, ਅਤੇ ਚਾਰ ਕੁਝ ਸੁੱਟਤਾ ਵਾ, ਦਿਖਾਉਂਦੇ ਲੈ ਕੇ ਚੱਲਦੇ ਹਾਂ ਚਾਰ ਵੱਲ ਵੀ। ਅਤੇ ਅੱਜ ਕਾਫੀ ਦਿਨਾਂ ਬਾਅਦ ਫਿਰ ਹੁਣ ਬੱਦਲ ਨੇ ਰੰਗ ਫੜ ਲਿਆ ਅਤੇ ਮੀਂਹ ਆ ਜੇ ਲੱਗਾ, ਅਤੇ ਇਸ ਤੋਂ ਪਹਿਲਾਂ ਮੀਂਹ ਆ ਜੇ ਤਾਂ ਆਪਾਂ ਚਾਰ ਸੁੱਟ ਦੇਣਾ, ਅਤੇ ਬੰਦੇ ਡਏ ਆ ਚਾਰ ਦਾ ਕੰਮ ਕਰਨਾ, ਦਿਖਾਉਂਦੇ ਤੁਹਾਨੂੰ। ਇਹ ਚਾਰ ਦੇ ਉੱਤੇ ਇਹਨਾਂ ਨੇ ਮਿੱਟੀ ਬੜੀ ਜਮ੍ਹਾਂ ਕਰ ਲਈ ਸੀ, ਇੱਧਰਲੇ ਬੰਨੇ ਥੋੜ੍ਹਾ ਆੜੀ ਪਿੱਟ ਕੇ ਚਾਰ ਥੋੜ੍ਹਾ ਸੀ, ਬਾਕੀ ਦੂਸਰੀ ਪਿੱਟ ਦੇ ਵਿੱਚ ਆ ਸਾਰਾ। ਸੋਚਿਆ ਪਹਿਲਾਂ ਇਹ ਮੁਕਾ ਲੈਂਦੇ ਹਾਂ, ਖਿੱਚਦੋ ਕੰਮ, ਅੱਜ ਤੁਸੀਂ ਵੀਡੀਓ ਦੇ ਵਿੱਚ ਆਉਣਾ। ਇਹ ਬੰਦੇ ਲੱਗੇ ਸੀ ਇਹਨਾਂ ਚਾਰ ਦੇ ਉੱਤੇ, ਮਿੱਟੀ ਪਹਿਲਾਂ ਜ਼ਿਆਦਾ ਜਮ੍ਹਾਂ ਕਰ ਲਈ ਪਰੇ ਨੂੰ ਕਰਕੇ, ਅਤੇ ਹੁਣ ਪਿੱਛੇ ਨੂੰ ਡੇ ਕੱਢਣ। ਵੱਟ ਬੰਨ੍ਹ ਵਧੀਆ, ਇਹ ਵੱਟ ਬੰਨ੍ਹਣ ਡੇ ਹਾਂ ਕਿ ਮੀਂਹ ਦਾ ਪਾਣੀ ਇੱਧਰ ਨੂੰ ਜਿਹੜਾ ਰਿੜ ਕੇ ਆਉਣਾ ਉਹ ਨਾ ਆਵੇ, ਜਿਹੜਾ ਉੱਤੋਂ ਆਊਗਾ ਉਹ ਹੀ ਬਸ ਇੱਥੇ ਰਹੂਗਾ, ਅਤੇ ਬਾਅਦ 'ਚ ਆ ਵੀ ਜਾਊਗਾ, ਕੱਢਣਾ ਸੌਖਾ ਹੋਊਗਾ, ਨਹੀਂ ਤਾਂ ਫਿਰ ਸਾਰਾ ਹੀ ਰਿੜ ਰਿੜ ਕੇ ਆਈ ਜਾਂਦਾ, ਨਿਕਲਦਾ ਨਹੀਂ ਪਾਣੀ। ਇਹ ਚਾਰ ਹੈ ਆਪਣਾ ਥੋੜ੍ਹਾ ਹੀ ਇੱਧਰਲੇ ਬੰਨੇ, ਬਾਕੀ ਦੂਸਰੀ ਪਿੱਟ ਭਰੀ ਪਈ ਆ, ਉਹਨੂੰ ਹਜੇ ਹੱਥ ਲਾਉਣਾ ਬਾਕੀ ਆ, ਅਤੇ ਚਾਰ ਪਾ ਕੇ ਫਿਰ ਜਾਣਾ ਵਾ ਪੱਠਿਆਂ ਦੇ ਵਿੱਚ, ਜੇ ਮੀਂਹ ਨਾ ਆਇਆ ਤਾਂ ਪੱਠੇ ਵੱਢ ਕੇ ਲਿਆਉਣੇ ਆ, ਅਤੇ ਪੱਠੇ ਵੀ ਤੁਹਾਨੂੰ ਪਤਾ ਹੀ ਆ ਪਹਿਲਾਂ ਵੀਡੀਓ ਦੇ ਵਿੱਚ ਵੇਖਿਆ ਹੋਣਾ, ਕਾਫੀ ਵੱਡੇ ਹੋ ਗਏ ਆ, ਉਹਨਾਂ ਨੂੰ ਆਪਾਂ ਬਸ ਮੁਕਾਉਣ ਦੀ ਕਾਂਡੇ ਆ ਵੀ ਮੁੱਕ ਜਾਣ। ਆ ਇੰਨਾ ਚਾਰ ਇੱਥੇ ਸੁੱਟਤਾ ਵਾ, ਪਹਿਲਾਂ ਦੇ ਪੱਠੇ ਵੀ ਪਏ ਸੀ ਕੁਝ, ਅਤੇ ਇਹ ਹੁਣ ਦੋਵਾਂ ਟਾਈਮਾਂ ਦਾ ਚਾਰ ਇੱਥੇ ਪਾਵਾਂਗੇ ਆਪਾਂ, ਸ਼ਾਮਾਂ ਦਾ ਵੀ। ਕਿਆ ਮਸ਼ੀਨਾਂ ਲੱਗੀਆਂ ਹੋਈਆਂ ਇੱਧਰ, ਅਤੇ ਮੇਰੀ ਡਿਊਟੀ ਲੱਗੀ ਹੋਈ ਸੀ ਇੱਧਰ ਸਾਫ਼ ਸਫਾਈ ਦੇ ਉੱਤੇ। ਆਪਾਂ ਇੱਧਰ ਪਾਣੀ ਚੱਲ ਰਿਹਾ ਅਤੇ ਆਪਾਂ ਗੋਹਾ ਖਿੱਚ ਕੇ ਉੱਧਰ ਲੈ ਜਾਣਾ, ਅਤੇ ਬਾਅਦ ਵਿੱਚ ਆਪਾਂ ਲਾਵਾਂਗੇ ਅੱਜ ਟੈਗ ਵੱਛੀ ਦੇ, ਜਿਹੜੀ ਗਾਈ ਸੂਈ ਸੀ ਤੁਹਾਨੂੰ ਉਹ ਵੀ ਦਿਖਾਵਾਂਗੇ ਕਿੱਦਾਂ ਚੱਲਿਆ ਕੰਮ। ਆਹ ਬੰਦਾ ਲੱਗਾ ਹੋਇਆ ਸੀ ਆਪਣੇ ਆ ਕੱਢਣ, ਥੋੜ੍ਹੀਆਂ ਜਿਹੀਆਂ ਰਹਿ ਜਾਂਦੀਆਂ ਵਿੱਚ, ਕੀ ਇਹਨਾਂ ਨੂੰ ਕਹਿੰਦੇ ਆ ਗੁੱਲੀਆਂ ਜੀਆਂ, ਇਹ ਟੋਕਾ ਵਿੱਚ ਵਿੱਚ ਲੜਾਂ ਜੀਆਂ ਛੱਡ ਦਿੰਦਾ, ਇਹ ਫਿਰ ਖਾਂਦੀਆਂ ਇਹਨਾਂ ਕੋਲ ਜਾਂਦੀਆਂ ਨਹੀਂ ਆ, ਅਤੇ ਫਿਰ ਕੱਢਣੀਆਂ ਪੈਂਦੀਆਂ ਬਾਹਰ, ਅਤੇ ਚਾਰ ਦੇ ਸਕਦੇ ਤੁਸੀਂ ਇਹਨਾਂ ਨੇ ਸੁੱਟਤਾ ਸੀ ਕਾਫੀ, ਅਤੇ ਇਹ ਆਪਾਂ ਸ਼ਾਮਾਂ ਵਾਸਤੇ ਆ ਅਤੇ ਹੁਣ ਵਾਸਤੇ ਹੁਣ ਵੱਖਰਾ ਲਿਆਉਣਗੇ, ਇਹ ਤੂੜੀ ਉੱਥੋਂ ਹੀ ਰਲਾ ਕੇ ਲਈ ਆਉਣਗੇ, ਅਤੇ ਉਹ ਵਧੀਆ ਰਲਦਾ ਵੈਸੇ, ਤਾਂ ਆ ਵੀ ਇੱਦਾਂ ਹੀ ਕਰਨਾ ਸੀ, ਉੱਥੋਂ ਰਲਾ ਕੇ ਲਿਆਉਣਾ ਸੀ, ਅਤੇ ਉਦੋਂ ਫਿਰ ਇੱਦਾਂ ਸਿੱਧਾ ਹੀ ਸੁੱਟ ਲਿਆ। ਅਤੇ ਹੁਣ ਚੱਲਿਆ ਸੁੱਟਣ ਰੂੜੀ ਦੇ ਉੱਤੇ, ਅਤੇ ਆਪਾਂ ਹੁਣ ਚਾਹ ਚੂਹ ਜਾ ਕੇ ਘਰ ਜਾ ਕੇ ਪੀਣੀ ਇੱਕ ਵਾਰੀ, ਸਵੇਰ ਦੀ ਪੀਤੀ ਨਹੀਂ, ਇੱਦਾਂ ਹੀ ਆ ਗਏ ਹਾਂ ਮੂੰਹ ਧੋ ਕੇ ਪਾਣੀ ਪੀ ਕੇ, ਅਤੇ ਪਾਣੀ ਵੈਸੇ ਤੜਕੇ ਇੱਕ ਵਾਰੀ ਪੀ ਲਈਦਾ ਪੂਰਾ ਇੱਕ ਗੜਵੀ ਭਰ ਕੇ, ਅਤੇ ਹੁਣ ਜਾ ਕੇ ਪੀਵਾਂਗੇ ਚਾਹ। ਕਰਤਾ ਸੀ ਆ ਸੰਦ ਸਾਫ਼, ਅਤੇ ਆਪਾਂ ਜਿੰਨੀ ਸਾਫ਼ ਸਫਾਈ ਇਹਨਾਂ ਦੀ ਰੱਖਾਂਗੇ ਉਨਾ ਇਹਨਾਂ ਦੀ ਮਨਿਆਦ ਵੱਧਦੀ ਆ, ਕਿਉਂਕਿ ਗੋਹਾ ਜਿਹੜਾ ਲੋਹੇ ਨੂੰ ਬਹੁਤ ਜ਼ਿਆਦਾ ਛੇਤੀ ਖੋਰਦਾ, ਅਤੇ ਜੰਮਿਆ ਰਹੇ ਅਤੇ ਫਿਰ ਇਹ ਭਾਰੇ ਵੀ ਹੋ ਜਾਂਦੇ ਆ, ਅਤੇ ਕੰਮ ਕਰਨ 'ਚ ਵੀ ਆਪਣਾ ਔਖ ਹੁੰਦਾ, ਅਤੇ ਇਹਨਾਂ ਦੀ ਸਾਫ਼ ਸਫਾਈ ਉਸੇ ਵੇਲੇ ਹੋ ਜਾਵੇ ਚੰਗੀ ਗੱਲ ਆ। ਮੇਰੇ ਇੱਥੇ ਘਰ ਆਉਂਦਿਆਂ ਨੂੰ ਗੁਰਜੱਪ ਵੀ ਉੱਠੀ ਸੀ, ਅਤੇ ਆਪਾਂ ਡਏ ਚਾਹ ਦੀ ਵੇਟ ਕਰਨਾ। ਕਿਉਂ ਗੁਰਜੱਪ, ਪੀਣੀ ਹੈ ਚਾਹ ਕਿ ਦੁੱਧ ਪੀਣਾ? ਹੈਂ ਕੀ ਆ ਕੀ ਆ ਇੱਧਰ ਕੀ ਆ? ਓਏ ਮੋਬਾਈਲ ਚਾਹੀਦਾ ਵਾ, ਮੋਬਾਈਲ ਚਾਹੀਦਾ। ਸਤਿ ਸ਼੍ਰੀ ਅਕਾਲ ਬੁਲਾ ਦਿਓ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੁਲਾ ਦਿਓ, ਸਤਿ ਸ਼੍ਰੀ ਅਕਾਲ ਤੋਂ ਬੁਲਾ ਦਿਓ।
ਅੜੀ ਤਾਣਿਆ ਹੈ ਅਸੀਂ ਗੱਲ ਬੜਾ ਦੋ ਬਣਾਈ ਜਾਂਦੇ ਜੇ ਹੈ ਕੇਕ ਬਣਾਉਣ ਡੇ ਜੇ ਕਿਹਦਾ ਬਰਥਡੇ ਆ ਹੈ ਅੱਛਾ ਕਾਹਦੀ ਪਾਰਟੀ ਕਰੀਏ ਓਕੇ ਕਰਤਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕੱਟਤਾ ਕੇਕ ਵੀ ਇਨਵਾਈਟ ਨਹੀਂ ਕਰੋਗੇ ਇੱਧਰ ਹਾਂ ਕਹੋ ਵੀ ਖਾ ਲਓ ਹਾਂ ਮਿੱਟੀ ਨਹੀਂ ਕੇਕ ਹੈ ਕੇਕ ਓਏ ਮਨ ਮੈਨੂੰ ਸੱਦਿਆ ਹੀ ਨਹੀਂ ਤੁਸੀਂ ਲੈ ਦੋਵਾਂ ਦੀ ਕਿਉਂ ਤੀਸਰੀ ਵੀ ਆਈ ਹੈ ਵਿੱਚ ਹੈਂ ਹਾਂ ਸਾਈਕਲ ਲਿਆ ਨਵਾਂ ਸਾਈਕਲ ਦੀ ਪਾਰਟੀ ਬਣਦੀ ਹੈ ਹੈਂ ਆਹੋ ਪਾਰਟੀ ਜਦੋਂ ਮਰਜ਼ੀ ਦੇ ਹੁਣ ਦੇ ਦੇ ਹਾਂਜੀ ਇਨਾਹਤ ਦੱਸੋ ਫਿਰ ਕੇਕ ਸਵਾਦ ਹੀ ਹੈਂ ਅੱਛਾ ਇਹ ਹੁਣ ਕੀ ਬਣਾਉਣ ਲਈ ਹੈ ਹੈਂ ਪੌਪਕੋਰਨ ਠੀਕ ਠੀਕ ਬਣਾ ਦੇ ਨਹੀਂ ਲਾਉਣਾ ਟੈਗ ਤੇਰੇ ਲਾਈਏ ਕਿੱਥੇ ਭੱਜਦੀਆਂ ਟੈਗ ਲਾਉਣਾ ਅੱਜ ਮਾਸਾ ਪੀੜ ਨਹੀਂ ਹੁੰਦੀ ਇਸ ਤਰ੍ਹਾਂ ਫਿਰ ਨੰਬਰ ਦਾ ਪਤਾ ਲੱਗ ਜਾਂਦਾ ਨਾ ਇੱਕ ਨੰਬਰ ਕੌਣ ਦੋ ਨੰਬਰ ਕੌਣ ਹੈ ਕਿੰਨੇ ਲਵਾਉਣਾ ਪਹਿਲਾਂ ਟੈਗ ਦੱਸੋ ਪਹਿਲਾਂ ਕਿੰਨੇ ਲਵਾਉਣਾ ਟੈਗ ਹੈਂ ਕਾਂਟੇ ਆ ਕਾਂਟੇ ਪਾਈ ਦੇ ਕੰਨ 'ਚ ਹੈਂ ਪਾਏ ਆ ਉਹ ਨਾਸ ਤਾਂ ਨਹੀਂ ਪਵਾਏ ਉਹਦੇ ਪਾ ਦਈਏ ਆ ਲਾਈਏ ਟੈਗ ਤੁਹਾਡੇ ਹਾਂਜੀ ਲੱਗੇ ਸੀ ਲਾਉਣ ਟੈਗ ਆ ਦੇਖ ਸਕਦੇ ਤੁਸੀਂ ਇਹਨੂੰ ਪਾਇਰ ਕਹਿੰਦੇ ਆ ਅਤੇ ਇਹ ਟੈਗ ਲਾਉਣ ਵਾਸਤੇ ਸਪੈਸ਼ਲ ਹੁੰਦੀ ਆ ਇਹਦਾ ਤੁਹਾਨੂੰ ਦੱਸਦੇ ਹਾਂ ਕੀ ਚੱਕਰ ਹੁੰਦਾ ਕਿੱਦਾਂ ਪ੍ਰੋਸੀਜਰ ਆ ਇਹ ਟੈਗ ਇਸ ਨੂੰ ਟੈਗ ਕਹਿੰਦੇ ਆ ਅਤੇ ਇਹ ਇਸ ਦੇ ਵਿੱਚ ਕੰਨ ਦੇ ਵਿੱਚ ਜਿਹੜਾ ਕੋਕਾ ਜਿਹਦੇ ਇਹਦੇ ਵਿੱਚ ਫਸ ਜਾਂਦਾ ਅਤੇ ਫਿਰ ਜਿਹੜਾ ਕੰਨ ਦੇ ਨਾਲ ਲੱਗਾ ਰਹਿੰਦਾ ਅਤੇ ਇਸ ਨੂੰ ਫਸਾਉਣ ਵਾਸਤੇ ਇਹ ਚੀਜ਼ ਹੁੰਦੀ ਆ ਪਾਇਰ ਆਹ ਜਿਹੜਾ ਕਿੱਲ ਆ ਇਹਨੂੰ ਇਸ ਦੇ ਵਿੱਚ ਅੜਾ ਕੇ ਇਸ ਤਰ੍ਹਾਂ ਅਤੇ ਜਿਹੜਾ ਟੈਗ ਆ ਇਸ ਨੂੰ ਇਸ ਤਰ੍ਹਾਂ ਇਹਦੇ ਵਿੱਚ ਕਰੀਦਾ ਅਤੇ ਫਿਰ ਆਹ ਜਿਹੜਾ ਛੇਕ ਹੈ ਇਹ ਇਸ ਨੂੰ ਇਸ ਦੇ ਵਿੱਚ ਮਿਲਾਉਣ ਦਾ ਕੰਮ ਕਰਦੀ ਆ ਇਹਨੇ ਕੰਨ ਦੇ ਵਿੱਚ ਵੀ ਆਟੋਮੈਟਿਕ ਛੇਕ ਕੱਢ ਦੇਣਾ ਅਤੇ ਇਸ ਦੇ ਵਿੱਚ ਮਿਲ ਜਾਣਾ ਅਤੇ ਫਿਰ ਟੈਗ ਫਿਕਸ ਹੋ ਜਾਣਾ ਇਹ ਟੈਗ ਲਾਉਣ ਦੇ ਫਾਇਦੇ ਵੀ ਤੁਹਾਨੂੰ ਦੱਸਦੇ ਹਾਂ ਜਦੋਂ ਇਹ ਟੈਗ ਲਾਉਣਾ ਕੰਨ ਦਾ ਵਿਚਲਾ ਪਤਲਾ ਜਿਹਾ ਮਾਸ ਹੁੰਦਾ ਉੱਥੇ ਲਾਉਣਾ ਵਾ ਇਹ ਜਦੋਂ ਲਾਈਦਾ ਇੰਨਾ ਦਰਦ ਨਹੀਂ ਹੁੰਦੀ ਇੱਡੀ ਤੁਸੀਂ ਆਹ ਦੇਖ ਲਿਓ ਭਾਵੇਂ ਬੱਚੀ ਠੀਕ ਠਾਕ ਕੋਈ ਚੱਕਰ ਨਹੀਂ ਆ ਇਹ ਫਾਰਮ ਦੇ ਉੱਤੇ ਰਿਕਾਰਡ ਰੱਖਣ ਵਾਸਤੇ ਲਾਏ ਜਾਂਦੇ ਆ ਫਿਰ ਆਪਾਂ ਰਿਕਾਰਡ ਰਹਿੰਦਾ ਵੀ ਇਹਦੀ ਮਾਂ ਦਾ ਕਿੰਨਾ ਨੰਬਰ ਸੀ ਇਹਦਾ ਕਿੰਨਾ ਨੰਬਰ ਆ ਆਪਾਂ ਨੂੰ ਪੂਰਾ ਸੀਮਾ ਰਿਕਾਰਡ ਰਹਿੰਦਾ ਵੀ ਅਤੇ ਜਿਹੜੇ ਛੋਟੇ ਥੋੜ੍ਹੇ ਘੱਟ ਪਸ਼ੂ ਜਿਹਨਾਂ ਕੋਲ ਉੱਥੇ ਤਾਂ ਚਲੋ ਇਹਦੀ ਲੋੜ ਨਹੀਂ ਪੈਂਦੀ ਇੱਡੀ ਅਤੇ ਬਸ ਇਹਦਾ ਹੀ ਖਾਸ ਕਾਰਨ ਇਹੀ ਆ ਵੀ ਰਿਕਾਰਡ ਰਹਿੰਦਾ ਵੀ ਆਹ ਇੰਨੇ ਨੰਬਰ ਵਾਲੀ ਗਾਂ ਦੀ ਇੰਨੇ ਨੰਬਰ ਬਸੀ ਆ ਜਦੋਂ ਟੈਗ ਲਾਉਣਾ ਟੈਗ ਨਾ ਹੀ ਜ਼ਿਆਦਾ ਸਿਰ ਵਾਲੇ ਬੰਨੇ ਕਰਨਾ ਫਿਰ ਕਿਉਂਕਿ ਬਿਲਕੁਲ ਵਿੱਚ ਚਲ ਜਾਣਾ ਅਤੇ ਨਾ ਹੀ ਜ਼ਿਆਦਾ ਉਰੇ ਕਰਨਾ ਉਰੇ ਅੜ ਕੇ ਡਿੱਗਣ ਦਾ ਡਰ ਰਹਿੰਦਾ ਇਹਦਾ ਕੰਨ ਪਾੜ ਜੂਗਾ ਜੀ ਵੀਡੀਓ ਕਿੱਦਾਂ ਦੀ ਲੱਗੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕੋਈ ਕਮੀ ਪੇਸ਼ੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਪੂਰੀ ਕਰ ਸਕੀਏ ਅਤੇ ਚਲੋ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ